ਅੱਜ ਸਿਲਾਈ ਕਿ ਆਏ ਹਾਂ ਤਿੰਨ ਸੂਟ ਜਿਨ੍ਹਾਂ ਨੂੰ ਅਲੱਗ-ਅਲੱਗ ਪੈਟਰਨ ਦੇ ਨਾਲ ਤਿਆਰ ਕੀਤਾ ਹੈ ਜਿਨ੍ਹਾਂ 'ਚ ਇੱਕ ਪ੍ਰਿੰਟਡ ਤੇ ਦੋ ਪਲੇਨ ਸੂਟ ਨੇ ਇਹ ਮੈਂ ਖੁਦ ਰੀਡੀ ਕੀਤੀ ਨੇ ਤੇ ਨਾਲ ਹੀ ਦੋ ਫੇਮਸ ਸਲਵਾਰਾਂ ਵੀ ਨੇ ਜਿਨ੍ਹਾਂ ਨੂੰ ਇੱਕ ਨਿਊ ਲੁੱਕ ਦਿੰਦੀ ਹੈ ਤੇ ਇੱਕ ਡਰੈਸ ਐਵੇਂ ਦੀ ਬਣਾਈ ਹੈ ਜਿਹਨੂੰ ਪਾ ਕੇ ਤੁਸੀਂ ਸਲਿਮ ਟ੍ਰੀਮ ਨਜ਼ਰ ਆਉਂਗੇ ਜੇ ਕੁਝ ਹਟਕੀ ਚਾਹਨੀ ਹੋ ਕੁਝ ਡਿਫਰੈਂਟ ਪਾਉਣਾ ਚਾਹਨੀ ਹੋ ਤਾਂ ਇਹ ਵੀਡੀਓ ਕਾਫੀ ਯੂਸਫੁਲ ਰਹੂਗੀ ਸਤ ਸ਼੍ਰੀ ਅਕਾਲ ਛਿਆ ਕਾ ਥੋੜਾ ਸਾਡੀ ਚੈਨਲ 308 ਤੇ ਵੀਡੀਓ ਵਿੱਚ ਕੁਝ ਵੀ ਯੂਸਫੁਲ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਨਾ ਚਲੋ ਫਿਰ ਦੇਖੀਏ ਸੂਟਸ ਹਾਂਜੀ ਸਾਡਾ ਸਭ ਤੋਂ ਪਹਿਲਾ ਵਾਈਟ ਕਲਰ ਦਾ ਸੂਟ ਹੈ ਜਿਹਦੇ ਤੇ ਚੀਕਨ ਦੀ ਏਮਬਰਾਇਡਰੀ ਹੋਈ ਹੈ ਬਹੁਤ ਸੋਹਣਾ ਲੱਗਦਾ ਹੈ ਦੇਖਣ ਨੂੰ ਹਾਂਜੀ ਇਹਦੇ ਤੇ ਅਸੀਂ ਏਮਬਰਾਇਡਰੀ ਹੋਈ ਹੈ ਤਾਂ ਅਸੀਂ ਨੂੰ ਸਿੰਪਲ ਲੁੱਕ ਦੇਣ ਲਈ ਸਿਰਫ ਸਮੋਸਾ ਲੇਸ ਹੀ ਲਾਈ ਹੈ ਲਾਈਟ 골ਡਨ ਸ਼ੇਡ ਦੀ ਇਹਦੇ ਚ ਜੋ ਨਿਊ ਕੀਤਾ ਹੈ ਅਸੀਂ ਰੱਖੇ ਨੇ ਚਾਕ ਦੇਖੋ ਤੁਸੀਂ ক্লোਜ਼ ਤੋਂ ਮੋਸਟਲੀ ਤੁਸੀਂ ਦੇਖਦੇ ਹੋ ਜੋ ਅਸੀਂ ਕੱਲੀਆਂ ਵਾਲੀ ਫਰੌਕ ਬਣਾਉਨੇ ਆ ਤਾਂ ਉਹਦੇ ਤੇ ਅਸੀਂ ਘੇਰਾ ਬੰਦ ਰੱਖਦੇ ਆ ਪਰ ਅਸੀਂ ਇਹਦੇ ਵਿੱਚ ਨਿਊ ਆਹੀ ਕੀਤਾ ਕਿ ਅਸੀਂ ਇਹਦੇ ਚਾਕ ਰੱਖੇ ਨੇ neck ਤੇ ਅਸੀਂ ਸਿੰਪਲ ਇਦਾਂ ਲੇਸ ਲਾਈਏ ਉਹੀ ਸਬੋਸਾ ਲੇਸ ਪਲੇਟਸ ਪਾਈਆਂ ਨੇ back neck ਅਸੀਂ ਪਲੇਨ ਰੱਖਿਆ ਹੈ ਇਹਦੇ ਤੇ ਜ਼ਿਆਦਾ ਵਰਕ ਤਾਂ ਨਹੀਂ ਕੀਤਾ ਕਿਉਂਕਿ ਇਹ ਕਢਾਈ ਵਾਲਾ ਸੀ ਜੇ ਤੁਸੀਂ ਸਿੰਪਲ ਦਾ ਬਣਾਉਣਾ ਚਾਹਦੇ ਹੋ ਤਾਂ ਉਸ ਤੇ ਹੋਰ ਡਿਜ਼ਾਈਨ ਕਰ ਸਕਦੇ ਹੋ ਹਾਂਜੀ ਬਾਜੂ ਤੁਸੀਂ ਦੇਖੋ ক্লোਸ ਤੋਂ ਅਸੀਂ ਇਸ 'ਚ ਛੋਟੇ ਛੋਟੇ ਬਲ ਪਾਏ ਨੇ ਬਾਜੂ ਤੇ ਅਸੀਂ ਸਿੰਪਲ ਪਲੇਨ ਪੱਟੀ ਲਾਈ ਹੈ ਜੀ ਥੋੜਾ ਸਿੰਪਲ ਕਪੜਾ ਹੈ ਤਾਂ ਤੁਸੀਂ ਕੋਈ ਹੋਰ ਡਿਜ਼ਾਈਨ ਵੀ ਉਸ ਨੂੰ ਦੇ ਸਕਦੇ ਹੋ ਹਾਂਜੀ ਇਹਦੀ ਸਲਵਾਰ ਹੈ ਜਿਹੜੀ ਉਹ ਵੀ ਸੇਮ ਏਮਬਰਾਇਡਰੀ ਹੋਈ ਹੋਈ ਹੈ ਉਹਦੀ ਵੀ ਦੇਖੋ ਐਦਾਂ ਇਹਨੂੰ ਅਸੀਂ ਨੈਰੋ ਸਲਵਾਰ ਬਣਾਈਏ ਤੇ ਨਾਲ ਇਹਦੇ ਜੋ ਪੌਂਚੇ ਨੇ ਉਹ ਵੀ ਅਸੀਂ ਸੇਮ ਜਿੱਦਾਂ ਬਾਜੂ ਬਣਾਈ ਹੈ ਸੇਮ ਉਹੀ ਪੈਟਰਨ ਰੱਖਿਆ ਹੈ ਜਿਵੇਂ ਅਸੀਂ ਕਲੀਆਂ ਵਾਲੇ ਸੂਟ ਪਾਉਣੇ ਆ ਉਹਨਾਂ ਦਾ ਕੀਰਾ ਵੱਧ ਹੁੰਦਾ ਏ ਜੇ ਤੁਸੀਂ ਇਹ ਚੱਕਾਂ ਵਾਲੀ ਫਰੋਕ ਬਣਾਉਗੇ ਤਾਂ ਇਹਦਾ ਕੀਰਾ ਘੱਟ ਹੋਊਗਾ ਤੇ ਅਸੀਂ ਇਹਦੇ ਤੇ ਦੁਪੱਟਾ ਲਾਇਆ ਏ ਔਰਗੈਂਜ਼ਾ ਦਾ ਮਲਟੀ ਸ਼ੀਡ ਦਾ ਦੁਪੱਟਾ ਏ ਇਹ ਵਾਈਟ ਸੀ ਤਾਂ ਕਰਕੇ ਅਸੀਂ ਨੂੰ ਮਲਟੀ ਸ਼ੀਡ ਦਿੱਤਾ ਏ ਦੇਖੋ ক্লোਜ਼ ਤੋਂ ਕਿੰਨਾ ਸੋਹਣਾ ਏ ਦੁਪੱਟਾ ਤੇ ਕਟਵਰਕ ਹੋਏ ਹੋਏ ਇਹ ਅਸੀਂ ਰੈਡੀਮੇਡ ਐਦਾਂ ਹੀ ਮਾਰਕੀਟ ਚੋਂ ਲੈ ਕੇ ਇਸ ਤੇ ਨਾਲ ਮੈਚਿੰਗ ਕੀਤੀ ਏ ਤੁਸੀਂ ਵੀ ਐਦਾਂ ਕੋਈ ਸੂਟ ਰੈਡੀ ਕਰ ਸਕਦੇ ਹੋ ਨੈਕਸਟ ਕਲੈਕਸ਼ਨ ਸਾਡੀ ਨੇਵੀ ਬਲੂ ਐਂਡ ਵਾਈਟ ਕਲਰ ਦਾ ਦੇਖੋ ਕਪੜਾ ਕਿੰਨਾ ਸੋਫਟ ਹੈ ਦਾ ਬਿਲਕੁਲ ਬਾਰੀਕ ਪ੍ਰਿੰਟ ਹੈ ਤੇ ਬਹੁਤ ਹੀ ਸੋਫਟ ਕਪੜਾ ਹੈ ਇਹਦੇ ਤੇ ਅਸੀਂ ਲਾਈਨਿੰਗ ਵਾਈਟ ਕਲਰ ਦੀ ਲੇਸ ਦੇਖੋ ਇਹ ਲੇਸ ਅਸੀਂ ਕੋਰਨਰ ਤੇ ਲਾਈਆਂ ਨੇ ਐਦਾ ਅਸੀਂ ਦੋ ਲਾਈਆਂ ਨੇ ਤੁਸੀਂ ਤਿੰਨੀਆਂ ਚਾਰ ਵੀ ਲਾ ਸਕਦੇ ਹੋ neck ਤੇ ਅਸੀਂ V shape ਦਾ neck ਬਣਾਇਆ ਹੈ ਸਿੰਪਲ ਐਦਾ ਇੱਕ ਲੇਸ ਲਾਈਏ ਤੁਸੀਂ ਇਸ ਦਾ ਚੌਰਸ ਜਾਂ ਕੁਝ ਹੋਰ neck ਡਿਜ਼ਾਈਨ ਵੀ ਬਣਾ ਸਕਦੇ ਹੋ ਬਾਜੂ ਤੇ ਦੇਖੋ ਅਸੀਂ ਐਦਾਂ ਸਿੰਪਲ ਇਹ ਇੱਕ ਲੇਸ ਲਾਈਏ ਇਹਦੀ ਤੁਸੀਂ ਸਾਈਡ ਤੇ ਬਾਜੂ ਦੀ ਅੱਗੇ ਵੀ ला ਸਕਦੇ ਹੋ 2 2 3 3 ਲੇਸਸ ਵੀ ला ਸਕਦੇ ਹੋ ਹਾਂਜੀ ਇਹਦੀ ਸਲਵਾਰ ਜੋ ਹੈ ਅਸੀਂ afghani ਸਲਵਾਰ ਬਣਾਈਏ ਦੇਖੋ ਇਹ ਅਸੀਂ ਵੀਡੀਓ ਸਾਰੀ ਅਪਲੋਡ ਕੀਤੀਆਂ ਹੋਈਆਂ ਨੇ ਡਿਸਕ੍ਰਿਪਸ਼ਨ ਬਾਕਸ 'ਚ ਇਹਨਾਂ ਦਾ ਲਿੰਕ ਹੋਊਗਾ ਤੁਸੀਂ ਜਾ ਕੇ ਉੱਥੇ ਵੀਡੀਓ ਦੇਖ ਸਕਦੇ ਹੋ ਹਾਂਜੀ ਇਦਾਂ ਅਸੀਂ ਜਿੱਥੇ ਬਾਲ ਪਾਈ ਹੋਈ ਨੇ ਸਲਵਾਰ 'ਚ ক্লোਜ਼ ਤੋਂ ਦੇਖੋ ਇਹਦੇ ਅਸੀਂ ਪੌਂਚਾ ਰੈਡੀ ਕੀਤਾ ਏ ਇਸ ਨੂੰ ਵੀ ਅਸੀਂ ਵਾਈਟ ਤੇ ਬਲੂ ਕਲਰ ਦਾ ਸ਼ੇਡ ਦਿੱਤਾ ਏ ਤੇ ਇਹਦੇ ਅਸੀਂ ਟਿਚ ਬਟਨ ਲਾਏ ਨੇ ਇਹ ਮੂਰੀ ਥੋੜੀ ਟਾਈਟ ਹੀ ਸੋਹਣੀ ਲੱਗਦੀ ਏ ਤਾਂ ਕਰਕੇ ਅਸੀਂ ਇਹਦੇ ਤੇ ਟਿਚ ਬਟਨ ਲਾਏ ਨੇ ਹਾਂਜੀ ਇਦਾਂ ਕਰਦੇ ਹੋਏ ਸੂਟ ਬਣਾਇਆ ਹੁਣ ਤੁਹਾਨੂੰ ਦਿਖਾਉਣੀ ਆ ਇਹਦਾ ਦੁਪੱਟਾ ਇਹ ਸਿੰਪਲ ਸੂਟ ਨੂੰ ਅਸੀਂ ਥੋੜਾ ਡਿਜ਼ਾਈਨਰ ਲੁੱਕ ਦਿੱਤੀ ਏ ਦੁਪੱਟਾ ਅਸੀਂ ਇਸ ਦਾ ਵਾਈਟ ਕਲਰ ਦਾ ਪਿਓਰ ਦਾ ਲਿਆ ਸੀ ਉਹਦੇ ਤੇ ਅਸੀਂ ਬਲੂ ਕਲਰ ਦੀ ਲੇਸ ਲਾਈ ਹੈ। ਤੁਸੀਂ ਇਹਦੇ ਨਾਲ ਬਲੂ ਕਲਰ ਦਾ ਦੁਪੱਟਾ ਵੀ ਲਾ ਸਕਦੇ ਹੋ। ਇਸ ਡਿਜ਼ਾਈਨ ਤੁਸੀਂ ਕਿਸੇ ਹੋਰ ਪ੍ਰਿੰਟਡ ਸੂਟ ਜਾਂ ਪਲੇਨ ਸੂਟ ਤੇ ਵੀ ਬਣਾ ਸਕਦੇ ਹੋ। ਹਾਂਜੀ, ਨੈਕਸਟ ਸੇ ਸਾਡਾ ਬਲੈਕ ਕਲਰ ਦਾ ਸੂਟ ਜਿਹਦੇ ਤੇ ਅਸੀਂ ਲਾਈਟ ਪਿੰਕ ਕਲਰ ਦੀ ਅਸੀਂ ਲੇਸ ਲਾਈ ਹੈ। ਦੇਖੋ ਐਦਾਂ ਕਰਦੇ ਹੋਏ ਆਹ ਡਿਜ਼ਾਈਨ ਵੀ ਬਹੁਤ ਸੋਹਣਾ ਲੱਗਦਾ ਏ ਤੇ ਇਹਦੇ ਤੇ ਅਸੀਂ ਪਾਈ ਨੇ ਬਾਲ। ਇਹ ਬਾਲਾ ਸਿੱਖ ਕੇ ਪਾਈ ਹੋਈ ਨੇ। ਇਹਦੇ ਤੇ ਅਸੀਂ ਲਾਈਨ ਇਹ ਲਟਕਣ ਲਟਕਣ ਦਾ ਸ਼ੇਡ ਡਾਰਕ ਰੱਖਿਆ ਹੈ ਜਿਵੇਂ ਅਸੀਂ ਦੁਪੱਟਾ ਦਿਖਾਵਾਂਗੇ ਤੁਹਾਨੂੰ ਉਹ ਤੋਂ ਸ਼ੇਡ ਅਸੀਂ ਇਹਦੇ ਡਾਰਕ ਰੱਖੇ ਹੋਏ ਨੇ ਅਸੀਂ ਦੋਨੋਂ ਸਾਈਡ ਇਹਦੇ ਲਟਕਣ ਲਾਈ ਨੇ ਲਟਕਣ ਬਹੁਤ ਹੀ ਲਾਈਟ ਵੇਟ ਨੇ ਜਿਵੇਂ ਅਸੀਂ ਗਰਮੀ 'ਚ ਵੇਅਰ ਕਰਨਾ ਹੁੰਦਾ ਹੈ ਨਾ ਸੂਟ ਇਹਦੇ ਅਸੀਂ ਥੱਲੇ ਵੀ ਪਾਈਪਿੰਗ ਲਾਈ ਹੈ ਪਿੰਕ ਕਲਰ ਦੀ ਐਦਾਂ ਅਸੀਂ ਫਰੌਕ ਰੈਡੀ ਕੀਤੀ ਹੈ ਹਾਂਜੀ ਇਹ ਨੂੰ ਤੁਸੀਂ ਅਮਰੀਲਾ ਕਾਟ ਫਰੌਕ ਵੀ ਬਣਾ ਸਕਦੇ ਹੋ ਇਹਦੇ ਤੇ ਅਸੀਂ ਇਹ ਬਾਜੂ ਹੈ ਜੋ ਅਮਰੀਲਾ ਕਾਟ ਬਾਜੂ ਬਣਾਈ ਨੇ ਇਹਦੇ ਤੇ ਪਿੰਕ ਕਲਰ ਦੀ ਲੇਸ ਲਾਈ ਹੈ ਇਹਨੂੰ ਤੁਸੀਂ ਚੁੰਗਟਾਂ ਵਾਲੀ ਬਾਜੂ ਵੀ ਬਣਾ ਸਕਦੇ ਹੋ ਜਿਵੇਂ ਕਿ ਅੱਜਕੱਲ੍ਹ ਟ੍ਰੈਂਡ ਦੇ ਵਿੱਚ ਬਹੁਤ ਨੇ ਤੇ ਇਹਦੀ ਜਿਹੜੀ ਤੁਹਾਨੂੰ ਫੇਮਸ ਸਲਵਾਰਾਂ ਕਹਿੰਦੀ ਸੀ ਆਹੀ ਨੇ ਉਹ ਇਹਦੀ ਅਸੀਂ ਧੋਤੀ ਸਲਵਾਰ ਬਣਾਈਏ ਆ ਦੇਖੋ ਇਹਦੇ ਸਾਈਡ 'ਚ ਬਲ ਪਾਏ ਨੇ ਐਦਾਂ ਕਰਦੇ ਹੋਏ ਤੇ ਨਾਲ ਹੀ ਇਹਦਾ ਅਸੀਂ ਪੌਂਚਾ ਰੱਖਿਆ ਹੈ ਕਿਉਂਕਿ ਜੋ ਮੋਸਟਲੀ ਧੋਤੀ ਸਲਵਾਰ ਦਾ ਪੌਂਚਾ ਨਹੀਂ ਹੁੰਦਾ ਪਰ ਅਸੀਂ ਇਸ ਦਾ ਪੌਂਚਾ ਰੱਖਿਆ ਹੈ ਤੇ ਉਸ ਨੂੰ ਵੀ ਪਿੰਕ ਕਲਰ ਦੀ ਹੀ ਪਾਈਪਿੰਗ ਲਾਈਏ ਇਸ ਦਾ ਦੁਪੱਟਾ ਮਲਟੀ ਸ਼ੇਡ ਚੈੱਕ ਚ ਲਿਆਏ ਬਹੁਤ ਸੋਹਣਾ ਕੱਪੜਾ ਆਰਗੈਂਜ਼ਾ ਕਾਟਨ ਇਹ ਇਹਦੇ ਨਾਲ ਤੁਸੀਂ ਪਿਓਰ ਆਰਗੈਂਜ਼ਾ ਦਾ ਵੀ ਲਾ ਸਕਦੇ ਜਿੱਦਾਂ ਅਸੀਂ ਵਾਈਟ ਨਾਲ ਲਾਇਆ ਸੀ ਐਦਾਂ ਮੈਚ ਕਰ ਦਿਓ ਇਹ ਵੀ ਅਸੀਂ ਬਾਅਦ ਚੋਂ ਮੈਚ ਕੀਤਾ ਹੋਪੇ ਕਿ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਕਿਹੜਾ ਸੂਟ ਤੁਹਾਨੂੰ ਸਭ ਤੋਂ ਵਧੀਆ ਲੱਗਿਆ ਉਹ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਦੇ ਹੋ ਤੇ ਨਾਲ ਹੀ ਜਿੰਨੇ ਸੂਟ ਦੇ ਰਿਲੇਟਿਡ ਕੋਈ ਵੀ ਆਈਡੀਆ ਚਾਹਣਿਓ ਜੇ ਤੁਹਾਡੇ ਕੋਲ ਕੋਈ ਸੂਟ ਪਿਆ ਹੈ ਉਸ ਦੇ ਲਈ ਤੁਸੀਂ ਆਈਡੀਆ ਚਾਹਣਿਓ ਤਾ ਤੁਸੀਂ ਕਮੈਂਟ ਕਰਕੇ ਦੱਸਿਓ ਅਸੀਂ ਤੁਹਾਡੀ ਹੈਲਪ ਜ਼ਰੂਰ ਕਰਾਂਗੇ ਕਿ ਤੁਸੀਂ ਕਿਵੇਂ ਦੀ ਵੀਡੀਓ ਚਾਹੁੰਦੇ ਹੋ ਉਹ ਵੀ ਦੱਸਿਓ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਥੈਂਕ ਯੂ